ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਬੱਬ ਬਣਿਆ ਕਿ ਚਲੋ ਲਾਈਵ ਹੋ ਜਾਂਦੇ ਆਪਾਂ ਆਵਾਜ਼ ਇੱਕ। ਹਾਂ ਹੁਣ ਠੀਕ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਬਸ ਵੈਸੇ ਅਸੀਂ ਚਲੋ ਗੱਲਾਂ ਬਾਤਾਂ ਮਾਰਨ ਦਾ ਜੇ ਕੋਈ ਜੁੜ ਜੇ ਤਾਂ ਆਪਾਂ ਗੱਲਾਂ ਬਾਤਾਂ ਸਟਾਰਟ ਕਰਦੇ ਹਾਂ ਫਿਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਹੋਰ ਸਭ ਚੜ੍ਹਦੀ ਕਲਾ ਰਾਜੀ ਖੁਸ਼ੀ ਜੀ। ਮੇਰੀਆਂ ਆਪਦੀਆਂ ਆਈਡੀਆ ਤੋਂ ਹੀ ਲਾਈਵ ਹੋਇਆ ਜਾ ਰਿਹਾ। ਕਰੋਨਾ ਦਾ ਜਿਹੜਾ ਟਾਈਮ ਚੱਲੀ ਜਾਂਦਾ ਸੀਗਾ ਉਹ ਹੁਣ ਹੋਣ ਲੱਗਿਆ ਖਤਮ। ਸੋ ਮਾਲਕ ਅੱਗੇ ਇਹੀ ਅਰਦਾਸ ਹੈ ਕਿ ਜਿਹੜੇ ਜਿਹੜੇ ਕੰਮ ਪਹਿਲਾਂ ਰੁਕੇ ਪਏ ਸੀ ਸਾਰਿਆਂ ਦੇ, ਹੈਲੋ ਕੀ ਹਾਲ ਚਾਲ ਬ੍ਰੋ, ਅਤੇ ਮਾਲਕ ਅੱਗੇ ਇਹੀ ਅਰਦਾਸ ਹੈ ਕਿ ਜਿਹੜੇ ਕੰਮ ਪਹਿਲਾਂ ਰੁਕੇ ਹੋਏ ਸੀਗੇ ਕਰੋਨਾ ਕਰਕੇ ਉਹ ਕੰਮ ਜਲਦੀ ਜਲਦੀ ਸਟਾਰਟ ਹੋਣ, ਅਤੇ ਮਾਲਕ ਸਾਰਿਆਂ ਨੂੰ ਤਰੱਕੀ ਬਖਸ਼ੇ। ਕੰਮ ਹੀ ਬੰਦੇ ਦੇ ਕਰਮ ਹੁੰਦੇ ਨੇ ਜੀ, ਕੰਮਾਂ ਤੋਂ ਬਿਨਾਂ ਕੁਛ ਨਹੀਂ ਚੱਲਦਾ ਹੈਗਾ। ਕਰੋਨਾ ਕਰਕੇ ਸਭ ਕੁਛ ਠੱਪ ਹੋਇਆ ਪਿਆ ਸੀ, ਫਿਲਮਾਂ ਬੰਦ ਹੋ ਗਈਆਂ, ਸਿਨੇਮੇ ਬੰਦ ਹੋ ਗਏ, ਪਰ ਇਸ ਮਹਾਂਮਾਰੀ ਦੇ ਦੌਰ 'ਚ ਮਤਲਬ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲ ਗਿਆ। ਸਿੱਖਣ ਨੂੰ ਇਹ ਮਿਲ ਗਿਆ ਕਿ ਬੰਦੇ ਨੂੰ ਇੱਕ ਵਾਰ ਤਾਂ ਰਿਲਾਈਜ਼ ਹੋ ਗਿਆ ਕਿ ਯਾਰ ਬੰਦੇ ਨੂੰ ਬੰਦਾ ਬਣ ਕੇ ਰਹਿਣਾ ਚਾਹੀਦਾ, ਬੰਦੇ ਨੂੰ ਰੱਬ ਨਹੀਂ ਬਣਨਾ ਚਾਹੀਦਾ। ਅਤੇ ਬਸ ਇਹੀ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਹੁਣ ਪ੍ਰੋਜੈਕਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਦਾ ਮਿਊਜ਼ਿਕ ਪਲੇ ਦੇ ਅਫੀਸ਼ੀਅਲ ਯੂਟਿਊਬ ਚੈਨਲ ਨੂੰ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕਰਕੇ ਰੱਖੋ। ਵਧੀਆ ਵਧੀਆ ਪ੍ਰੋਜੈਕਟ, ਸਾਰੇ ਨਵੇਂ ਨਵੇਂ ਗਾਣੇ ਹੋਰ ਵੀ ਬਹੁਤ ਆਉਣਗੇ ਇਹਦੇ 'ਤੇ। ਪਿੱਛੇ ਜੇ ਗਾਣਾ ਆਇਆ ਸੀਗਾ ਤੇਰੇ ਤੋਂ ਦੂਰ ਸੰਦੀਪ ਬਾਈ ਦਾ, ਸਾਂਝ ਦਾ, ਉਹ ਗਾਣਾ ਵੀ ਬਹੁਤ ਸੋਹਣਾ ਸੀ। ਅਤੇ ਕੁਛ ਬਸ ਇਹ ਹੁੰਦਾ ਕਿ ਨਵੇਂ ਟੈਲੈਂਟ ਨੂੰ ਹਜੇ ਥੋੜ੍ਹਾ ਜਿਹਾ ਅੱਗੇ ਆਉਣ 'ਚ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ, ਜਿਹਦੇ ਕਰਕੇ ਬਸ ਉਹ ਗਾਣਾ ਕਦੇ ਆਪਾਂ ਕਹਿ ਦਿੰਦੇ ਕਿ ਗਾਣਾ ਰੀਚ ਨਹੀਂ ਕਰਦਾ ਹੈਗਾ ਕਿਤੇ, ਜਾਂ ਗਾਣਾ ਕਲਿੱਕ ਨਹੀਂ ਹੁੰਦਾ ਹੈਗਾ ਕਿਤੇ। ਪਰ ਚਲੋ ਬੰਦਾ ਮਿਹਨਤ ਕਰਦਾ ਰਹੇ, ਮਿਹਨਤ ਦੇ ਨਾਲ ਹੀ ਸਾਰਾ ਕੁਛ ਹੁੰਦਾ। ਅਤੇ ਉਹ ਬੰਦੇ ਨੂੰ ਮਿਹਨਤ ਨਹੀਂ ਛੱਡਣੀ ਚਾਹੀਦੀ, ਕਿਸੇ ਬੰਦੇ ਨੂੰ ਮਿਹਨਤ ਨਹੀਂ ਛੱਡਣੀ ਚਾਹੀਦੀ। ਅਤੇ ਜੇ ਮਿਹਨਤ ਕਰਦਾ ਰਹੂਗਾ ਤਾਂ ਮਾਲਕ ਉਹਦੀ ਮਿਹਨਤ ਦਾ ਮੁੱਲ ਜ਼ਰੂਰ ਮੋੜਦਾ। ਅਤੇ ਬਸ ਅੱਜ ਵੈਸੇ ਬੈਠੇ ਸੀਗੇ ਮੈਂ ਅਤੇ ਬਾਈ ਹੋਣੀ, ਅਤੇ ਮੈਂ ਸੋਚਿਆ ਮੈਂ ਕਿਹਾ ਚਲੋ ਲਾਈਵ ਹੋ ਜਾਂਦੇ ਹਾਂ, ਪਹਿਲਾਂ ਇੱਕ ਵਾਰੀ ਇਹ ਤੋਂ ਲਾਈਵ ਹੋ ਜਾਂਦੇ, ਫਿਰ ਬਾਅਦ 'ਚ ਦੂਜੀ ਆਪਣੀ ਵਾਲੀ ਆਈ ਡੀ ਤੋਂ ਹੋ ਜਾਵਾਂਗੇ। ਅੱਜ ਫ੍ਰੀ ਬੈਠੇ ਸੀ, ਮੈਂ ਕਿਹਾ ਚਲੋ ਗੱਲਾਂ ਬਾਤਾਂ ਕਰਕੇ ਦੇਖ ਲੈਂਦੇ ਹਾਂ। ਅਤੇ ਉਮੀਦ ਕਰਦਾ ਵੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅਤੇ ਜਦੋਂ ਵੀ ਕੋਈ ਆਉਂਦਾ ਬਸ ਉਸ ਤੋਂ ਬਾਅਦ ਆਪਾਂ ਕੋਈ ਗੱਲਬਾਤ ਸਟਾਰਟ ਕਰਦੇ ਹਾਂ। ਅਤੇ ਹੋਰ ਦੱਸੋ ਜੀ, ਵੇਟ ਕਰ ਲੈਂਦੇ ਹਾਂ ਥੋੜ੍ਹਾ ਜਿਹਾ। ਕਈ ਵਾਰੀ ਬੰਦੇ ਆਪੋ ਆਪਣੇ ਕੰਮਾਂ 'ਚ ਬਿਜ਼ੀ ਹੁੰਦੇ ਆ, ਕਈ ਵਾਰੀ ਪਤਾ ਨਹੀਂ ਲੱਗਦਾ ਹੈਗਾ ਕਿ ਕੌਣ ਲਾਈਵ ਹੋਇਆ ਬੈਠਾ। ਇਹ ਚੈਨਲ ਦੇ ਫੋਲੋਅਰ ਥੋੜ੍ਹੇ ਜਿਹੇ ਘੱਟ ਹੀ ਨੇ, ਪਰ ਚਲੋ ਜਿੰਨੇ ਕੁ ਵੀ ਹੈਗੇ ਆ ਉਹਨਾਂ ਦੇ ਵਿੱਚੋਂ ਜਿੰਨੇ ਕੁ ਵੀ ਲਾਈਵ ਦੇ ਨਾਲ ਜੁੜਨਗੇ ਆਪਾਂ ਗੱਲਬਾਤ ਕਰ ਲਵਾਂਗੇ ਉਹਨਾਂ ਦੇ ਨਾਲ।
मस्त मगन बस तेरा नाम दूंगा, मन मस्त मगन, मन मस्त मगन तेरा नाम। होर दसो जी, सारे जाने ठीक ठाक? सारे जाने मतलब किसी से आ ही नहीं है? एक भाई है जेड़ा लाइव अपन देख रहे हैं। जे ये ते थोड़े बहुत आ जाते हैं लाइव देखने वाले, तो आप इतने गलां बातें स्टार्ट करांगे, नहीं तो फिर आप दूजी वाली अपने वाली आईडी तो स्टार्ट कर देंगे लाइव हो के। बाकी अज पता लग्या सी भी सिनेमे छेती खुल जाने आ, फिल्मां भी दोबारा चल पैनियां ने। सो मालक अगे अरदास है कि जो जिंदगी पहला जिवें चल रही सी उदा ट्रैक ते चल पे। ते होर कुछ नहीं हुंदा कि बस बंदे नूं, बंदा अपने काम तो वेला नहीं होना चाहिदा हैगा, बंदे नूं कोई ना कोई आरे लगे रहना चाहिदा कि आ कम नहीं। चलो हर एक का कम ही बंद होया, भावें वो सिंगर सी, भावें वो एक्टर सी, भावें थिएटर वाले सी या आम दुकानदार सी या जो भी सी, कम तो सारे के कम का असर बहुत पे। पर चलो मालिक अगे हुण अरदास है कि छेती छेती सारा कुछ सही होवे ते जल्दी जल्दी सारे कम चलन, आपां भी प्रोजेक्ट कंप्लीट करिए ते आपां भी फिर छेती तो छेती जिहड़े गाने हैगे ने अपने वो अगे लैके आईए। हर एक बंदे नूं हुंदा ही है कि यार मेरा काम किया होया अगे आना चाहिए। ते बस ते मालक सुख रखे बस के जल्दी तो जल्दी प्रोजेक्ट कंप्लीट करिए, नवे नवे गाने, नवी नवी चीज़ां, नवे नवे कंसेप्ट तुहानू देखण नू मिलणगे। ते मेन है कि बस मेहनत नहीं छड़नी चाहिए बंदे नू, मेहनत जारी रखो ते इहदे करके हुंदा सारा कुछ, इहदे नाल ही मुल पैणा सारियां चीज़ां दा। बंदे नू किरत करनी चाहिए है ते अपने अंदर दा जिहड़ा हुनर है उहनू बाहर लैके आउणा। मैं कहना कि हर एक दे बस दा कम नहीं हुंदा, ठीक है जिहड़े बंदे एफर्ट करते हैं, जिहड़े बंदे मेहनत करते हैं उहनां दा वो टैलेंट जिहड़ा हैगा ना वो बाहर आउंदा जदों, तां फिर लोकी उस बंदे नू भी एप्रीशिएट करते हैं, उस बंदे नू भी मतलब सराहना करते उहदी कि यार ये बंदा पहला कुछ नहीं करता सी ते अज देख लो बंदे दा नाम बन गया। पर नाम आपां कह सकते कि नाम इदां बनता नहीं, नाम बनाउणा पैंदा, कम करने पैंदे आ, अपना हड तोड़ मेहनत करनी पैंदी आ। हुण हर एक बंदा भावें वह सिंगर है, भावें वह लिरिसिस्ट है, भावें वह एक्टर है, कोई भी आ किसी भी फील्ड के भावें वह कम कर रहा, तो उसकी मेहनत का मुल पैंदा जरूर है। बस कि बंदे मेहनत करते रहना चाहिए। एंड जिंदगी एक गल होर है कि अपने फेलियर्स तो बंदे हमेशा सीखते रहना चाहिए। फेलियर एक्चुअल जिहड़े सक्सैस होंदी है ना, सक्सैस होर कुछ नहीं होंदा, सक्सैस होंदा सिर्फ फेलियर तो अगला स्टैप। बंदा दो बारी फेल हो जूगा, तीजी बारी च हो जूगा, बंदा 100 बारी हो जूगा, 101 बारी च सक्सैसफुल हो जूगा, पर हो जाता है। बस गल है कि मेहनत दे
ਕਨਸੈਪਟ ਨਵੇਂ ਰੈਡੀ ਕਰਨੇ। ਹੁਣ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਆਪਾਂ 3 ਮਿੰਟ ਦੀ ਵੀਡੀਓ ਹੁੰਦੀ ਹੈ ਕੋਈ ਕਿਸੇ ਗਾਣੇ ਦੀ ਜਾਂ ਕਿਸੇ ਕਨਸੈਪਟ ਦੀ ਕਿਸੇ ਕਿਸੇ ਗਾਣੇ ਦੀ ਲਗਾ ਲਓ ਕੋਈ ਵੀ, ਕਿ ਆਪਾਂ 3 ਮਿੰਟਾਂ ਦੇ ਵਿੱਚੋਂ ਆਪਾਂ 15 ਸਕਿੰਟ ਜਾਂ 30 ਸੈਕਿੰਡ ਲਾਉਂਦੇ ਹਾਂ ਵੱਧੋ ਵੱਧ ਬੰਦੇ ਨੂੰ ਜੱਜ ਕਰਨ ਲਈ ਕਿ ਯਾਰ ਆਹ ਗਾਣਾ ਸੋਹਣਾ ਨਹੀਂ ਹੈਗਾ। ਠੀਕ ਹੈ, ਹਰ ਇੱਕ ਬੰਦੇ ਦੀ ਆਪੋ ਆਪਣੀ ਇੱਕ ਕਹਿ ਸਕਦੇ ਹਾਂ ਕਿ ਹਰ ਇੱਕ ਬੰਦੇ ਦੀ ਆਪੋ ਆਪਣੀ ਪਸੰਦ ਹੁੰਦੀ ਹੈ, ਕਿਸੇ ਨੂੰ ਕੋਈ ਜੋਨ ਪਸੰਦ ਨਹੀਂ ਆਉਂਦਾ, ਬਟ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਕਨਸੈਪਟ ਪਿੱਛੇ ਜਾਂ ਉਸ ਪ੍ਰੋਜੈਕਟ ਪਿੱਛੇ ਉਸ ਬੰਦੇ ਨੇ ਮਿਹਨਤ ਨਹੀਂ ਕੀਤੀ। ਹੁਣ ਦੇਖੋ ਲਿਖਣਾ ਸੌਖਾ ਨਹੀਂ ਜੀ, ਲਿਖਣਾ ਕਦੇ ਵੀ ਸੌਖਾ ਨਹੀਂ ਰਿਹਾ ਹੈਗਾ, ਗਾਉਣਾ ਉਸ ਤੋਂ ਵੱਧ ਔਖਾ ਹੈ। ਲਿਖ ਕੇ ਗਾ ਕੇ ਉਸ ਗਾਣੇ ਦੇ ਐਕਟ ਕਰਕੇ ਉਸ ਗਾਣੇ ਨੂੰ ਐਕਟ ਕਰਕੇ ਪੂਰਾ ਪ੍ਰੋਜੈਕਟ ਰੈਡੀ ਕਰਕੇ ਲੋਕਾਂ ਅੱਗੇ ਲਿਆਉਣਾ ਬਹੁਤ ਔਖਾ ਹੈ। ਪਰ ਆਪਾਂ ਕਰਦੇ ਕੀ ਹਾਂ ਕਿ ਆਪਾਂ ਬਸ ਥੋੜ੍ਹਾ ਟਾਈਮ ਲੈਂਦੇ ਹਾਂ, ਬਈ ਗਾਣਾ ਨਹੀਂ ਸੋਹਣਾ ਸੀ ਯਾਰ, ਉਹ ਦੇਖਿਆ ਗਾਣਾ ਐਵੇਂ ਬੇਕਾਰ ਜਿਹਾ ਗਾਣਾ ਸੀ, ਅਤੇ ਚੀਜ਼ਾਂ ਆਪਾਂ ਇੱਦਾਂ ਡਿਸਾਈਡ ਕਰਦੇ ਹਾਂ। ਅਤੇ ਮੈਨੂੰ ਲੱਗਦਾ ਕਿ ਆਪਾਂ ਆਪਣੀ ਬਜਾਏ ਨਾ ਮਤਲਬ ਆਪਾਂ ਦੂਜਿਆਂ ਦੇ ਰਾਏ ਅਤੇ ਓਪੀਨੀਅਨ ਜ਼ਿਆਦਾ ਮੰਨਦੇ ਹਾਂ। ਕਿਸੇ ਫਲਾਣੇ ਨੇ ਆ ਕੇ ਕਹਿਤਾ ਨਾ ਯਾਰ ਉਹ ਗਾਣਾ ਨਹੀਂ ਸੋਹਣਾ, ਆਪਾਂ ਉਹਦੇ ਮਗਰ ਲੱਗ ਜਾਂਦੇ ਕਿ ਹਾਂ ਯਾਰ ਉਹ ਗਾਣਾ ਸੋਹਣਾ ਨਹੀਂ ਹੈਗਾ ਸੀ। ਆਪਾਂ ਅਸਲ 'ਚ ਸੁਣਦੇ ਹੀ ਨਹੀਂ ਹੈਗੇ ਕਿ ਯਾਰ ਉਹ ਗਾਣਾ ਸੁਣ ਕੇ ਤਾਂ ਦੇਖ ਲਓ ਕਿ ਤਾਂ ਤੁਹਾਡੀ ਵਾਈਬ ਨੂੰ ਮੈਚ ਕਰ ਜਾਓ ਗਾਣਾ, ਠੀਕ ਆ। ਸੋ ਬੇਸਿਕਲੀ ਇਹ ਚੀਜ਼ ਹੁੰਦੀ ਹੈ, ਅਗਰ ਬੰਦੇ ਨੂੰ ਹੁੰਦਾ ਨਾ ਕਿ ਯਾਰ ਆਹ ਕਨਸੈਪਟ ਵਧੀਆ ਨਹੀਂ ਹੈ ਜਾਂ ਆਹ ਪ੍ਰੋਜੈਕਟ ਵਧੀਆ ਨਹੀਂ, ਤਾਂ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਿਓ ਕਿ ਐਪਰੀਸ਼ੀਏਟ ਹਰੇਕ ਬੰਦੇ ਨੂੰ ਕਰਨਾ ਚਾਹੀਦਾ, ਭਾਵੇਂ ਉਹ ਮਾੜਾ ਗਾਉਂਦਾ, ਭਾਵੇਂ ਉਹ ਚੰਗਾ ਗਾਉਂਦਾ, ਭਾਵੇਂ ਉਹ ਮਾੜਾ ਲਿਖਦਾ, ਭਾਵੇਂ ਉਹ ਚੰਗਾ ਲਿਖਦਾ, ਮਿਹਨਤ ਹਰ ਇੱਕ ਦੀ ਲੱਗੀ ਹੁੰਦੀ ਹੈ। ਸੋ ਕਿਸੇ ਵੀ ਗਾਣੇ ਨੂੰ ਰਿਜੈਕਟ ਕਰਨ ਤੋਂ ਪਹਿਲਾਂ ਜਾਂ ਉਹ ਚੀਜ਼ ਕਰਨ ਤੋਂ ਪਹਿਲਾਂ ਜਿਹੜੀ ਉਹਦੀ ਟੀਮ ਹੁੰਦੀ ਹੈ ਉਹਦੇ ਬਾਰੇ ਜਾਂ ਚੀਜ਼ਾਂ ਬਾਰੇ ਬਹੁਤ ਕੁਝ ਸੋਚਣਾ ਪੈਂਦਾ ਹੁੰਦਾ। ਆਪਾਂ ਇੱਕੋ ਦਮ ਨਹੀਂ ਕਹਿ ਸਕਦੇ ਕਿ ਯਾਰ ਗਾਣਾ ਸੁਣ ਕੇ ਯਾਰ ਗਾਣਾ ਬੇਕਾਰ ਸੀ। ਮਿੰਟ ਮੈਂ ਵੀ ਫਿਲਟਰ ਜੇ ਲਾ ਕੇ ਦੇਖਾਂ, ਜੇ ਫਿਲਟਰ 'ਚ ਘੈਂਟ ਲੱਗ ਜੇ ਕੋਈ ਪੰਕੀ ਲੈ ਕੇ ਦੇਖਣਾ ਚਾਹੀਦਾ ਹਜੇ ਕਿਹੜਾ ਲਾਈਵ ਜੁੜੇ ਹੋਏ ਨੇ ਕਿ ਆਹ ਵੀ ਸੋਹਣਾ ਸੀ, ਆਹ ਵੀ ਸੋਹਣਾ ਆ, ਆਹ ਵੀ ਸੋਹਣਾ ਆ, ਮੈਂ ਕਦੇ ਲਿਆ ਤਾਂ ਹੈ ਨਹੀਂ ਕਹਿੰਦਾ ਆਹ ਨਹੀਂ ਕੀਤਾ। ਸੋ ਮੈਂ ਕਹਿੰਦਾ ਸੀਗਾ ਕਿ ਜਿਹੜੇ ਆਪਾਂ ਗਾਣੇ ਸੁਣਦੇ ਹਾਂ, ਜਿਹੜੇ ਗਾਣੇ ਆਪਾਂ ਦੇਖਦੇ ਹਾਂ, ਉਹ ਗਾਣਿਆਂ ਨੂੰ ਇੰਨੀ ਛੇਤੀ ਰਿਜੈਕਟ ਨਾ ਕਰਿਆ ਕਰੋ ਬਈ। ਉਹਨਾਂ ਗਾਣਿਆਂ ਦੇ ਪਿੱਛੇ ਲੱਗੀ ਹੋਈ ਮਿਹਨਤ ਨੂੰ ਦੇਖੀਦਾ ਹੁੰਦਾ, ਹਰ ਇੱਕ ਬੰਦਾ ਮਿਹਨਤ ਕਰ
ਲਿਆਚੀ ਲਾਲਚੀ ਡੈਨ ਜੀ, ਤੇ ਆਪਣਾ ਜਿਹੜਾ ਦਾ 뮤직 ਪਲੇ ਦਾ ਅਫੀਸ਼ੀਅਲ YouTube ਚੈਨਲ ਹੈ ਜੀ, ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਵੇਂ ਨਵੇਂ ਸੋਹਣੇ ਸੋਹਣੇ ਗਾਣੇ ਉਹਦੇ ਤੇ ਆਉਣਗੇ ਤੇ ਪ੍ਰਿਆ ਜੀ ਦੀ ਵੀ ਕਨਸੈਪਟ ਉਹਦੇ ਤੇ ਆਉਣਗੇ ਵਧੀਆ ਵਧੀਆ। ਮੈਂ ਇਦਾਂ ਦੇ ਕਈ ਪ੍ਰੈਕਟੀਕਲ ਵਾਰ ਸਕਦਾ ਮੈਮ ਤੋਂ, ਕਿਆ ਬਾਤ ਭਾਈ ਜੀ, ਇਹ ਤਾਂ ਓਏ ਬਹੁਤ, ਇਹ ਤਾਂ ਬੰਦਾ ਗਲਾ ਘੈਂਟ ਆ ਯਾਰ। ਹਾਂਜੀ ਕਰ ਲਿਆ ਜੀ ਪਹਿਲਾਂ ਜੀ, ਥੈਂਕ ਯੂ, ਕਰ ਲਿਆ, ਹੁਣ ਗਾਣੇ ਆਉਗੇ ਨਵੇਂ ਨਵੇਂ ਦੇਖਿਓ। ਮੈਮ ਲਈ ਸਭ ਕੁਝ, ਆਹੋ ਭਾਈ ਮੈਮ ਲਈ ਹੀ ਕਰੋਗੇ ਤੁਸੀਂ, ਓ ਸਾਰਾ ਵਾਸਤੇ ਹੋ ਕਰਦੇ ਹੋ ਤੁਸੀਂ। ਤੇ ਚਲੋ ਚਲੋ ਠੀਕ ਹੈ ਜੀ, ਤੁਸੀਂ ਖਿਆਲ ਰੱਖਿਓ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਸਾਰੇ ਜਾਣੇ, ਤੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ, ਬਾਏ ਤੰਦਰੁਸਤੀਆਂ ਬਖਸ਼ੇ ਯਾ ਸਾਰਿਆਂ ਤੇ ਮਨੋ ਕਾਮਨਾ ਸਾਰਿਆਂ ਦੀਆਂ ਮਿਹਨਤ ਪਾਵੇ ਤੇ ਖਿਆਲ ਰੱਖਿਓ ਜੀ ਆਪ ਆਪਣਾ। ਚੰਗਾ ਜੀ ਪ੍ਰਿਆ ਜੀ, ਥੈਂਕ ਯੂ ਸੋ ਮਚ, ਬਾਏ ਚੰਗਾ। ਟੇਕ ਕੇਅਰ, ਹੈਵ ਅ ਨਾਈਸ ਡੇ। ਓਕੇ ਜੀ, ਬਾਏ ਟੂ ਆਲ, ਬਾਏ।